ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਪਦਾ ਦੇਖ ਕੇ ਦੇ ਆਏ ਹਾਂ। ਗਾਹਾਂ ਵਾਲਾ ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਸ਼ਰਮਿੰਦੇ ਮੰਨਾਂਗੇ, ਮਾਨਸਿਕ ਤੌਰ ਤੇ ਮੰਨਾਂਗੇ। ਅੱਜ ਵੀ ਨਿਮਰਤਾ ਨਾਲ ਹੀ ਇੱਥੇ ਆਏ ਹਾਂ, ਕੋਈ ਪਾਰਟੀ ਦਾ ਸਾਡੇ ਕੋਲ ਅਹੁਦਾ ਨਹੀਂ, ਕੋਈ ਹੋਰ ਨਹੀਂ ਕੁਛ, ਸਾਰਾ ਕੁਛ ਛੱਡ ਕੇ ਇੱਥੇ ਆਏ ਹਾਂ। ਬਾਕੀ ਹੁਕਮ ਜੋ ਅਕਾਲ ਤਖ਼ਤ ਦਾ ਹੋਊਗਾ ਸ਼ਰਮਿੰਦੇ, ਜਿਹੜਾ ਲਿਖਤੀ ਸਪਸ਼ਟੀਕਰਨ ਦਿੱਤਾ ਉਸਦੇ ਵਿੱਚ ਕੀ ਲਿਖਿਆ ਗਿਆ? ਅਕਾਲ ਤਖ਼ਤ ਅਕਾਲ ਤਖ਼ਤ ਨੂੰ ਦਿਆ ਹੈ ਜੀ, ਉਹਨਾਂ ਦਾ ਕੰਮ ਆ ਉਹ ਕੁਛ ਕਰਨ ਨਾ ਕਰਨ। ਮੈਂ ਤਾਂ ਬੇਨਤੀ ਇਹ ਕੀਤੀ ਆਪਣਾ ਸਤਿ ਸ਼੍ਰੀ ਅਕਾਲ, ਮੈਂ 2007 ਤੋਂ 2012 ਤੇ ਮੈਂ ਮਿਨਿਸਟਰ ਨਹੀਂ ਸੀ, 2012 ਤੋਂ ਲੈ ਕੇ 14 ਤੇ ਸੀ, 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਹੋਈਆਂ। ਇਹ ਸਾਰੀਆਂ ਘਟਨਾਵਾਂ ਨੂੰ ਦੇਖਦੇ ਜਿਹੜੀਆਂ ਇਹ ਨਿੰਦਣਯੋਗ ਨਾ ਬਰਦਾਸ਼ਤ ਯੋਗ ਜਿਹੜੀਆਂ ਇਹ ਪੰਥਕ ਘਟਨਾਵਾਂ ਪੰਥਕ ਦੇ ਜਿਹੜੇ ਦਰਜ ਉਹਨਾਂ ਨੂੰ ਦੇਖ ਕੇ ਮੈਂ ਫਿਰ 2016 ਚ ਤਾਂ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਕਾਰਨਾ ਕਰਕੇ ਸਪਸ਼ਟੀਕਰਨ ਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ? ਮੈਂ ਤੇ ਇਹੀ ਬੇਨਤੀ ਕੀਤੀ ਆ, ਬਾਕੀ ਦੋ ਹੁਕਮ ਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਉਹ ਸਿਰ ਮੱਥੇ ਅਸੀਂ ਪ੍ਰਵਾਨ ਕਰਾਂਗੇ, ਕਿਉਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਦਲੀਲ ਦਿੰਦੇ ਹਾਂ ਵੀ ਆਪਣੇ ਬਚਾਓ ਲਈ, ਕੋਈ ਦਲੀਲ ਨਹੀਂ ਹੈ ਇੱਥੇ ਇਸ ਤਖ਼ਤ ਸਾਹਿਬ ਤੇ, ਕੋਈ ਦਲੀਲ ਨਹੀਂ ਹੈ ਇੱਥੇ, ਤਾਂ ਸਿਰਫ ਬੇਨਤੀ ਆ ਕਿ ਜੋ 2007 ਤੋਂ 12 ਤੀਕ ਮੈਂ ਮਿਨਿਸਟਰ ਹੈ ਨਹੀਂ ਸੀ, 12 ਤੋਂ 14 ਤੇ ਸੀ, ਉਸ ਦਰਮਿਆਨ ਸਾਡੇ ਨਾਲ ਕੈਬਨਿਟ ਮੀਟਿੰਗ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਏਜੰਡਾ ਜਿਹੜਾ ਵਿਚਾਰ ਨਹੀਂ ਕੀਤਾ ਗਿਆ, ਨਾ ਹੀ ਨਿੱਜੀ ਤੌਰ ਤੇ ਕੀਤਾ ਗਿਆ। ਤੇ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਤਾਂ 2 ਸਾਲ ਕੀ ਕਹਿੰਦੇ ਮੰਤਰੀ ਰਹੇ, ਪਰ ਇਸ ਸਾਰੇ ਮਾਮਲੇ 'ਚ ਕੀ ਵੇਖਦੇ ਹੋ, ਕਿਉਂਕਿ ਸਿਆਸਤ ਨਾਲੋਂ ਤੁਸੀਂ ਬੜੀ ਦੇਰ ਤੋਂ ਸਿਆਸਤ ਦੇ ਵਿੱਚ ਹੋ, ਜ਼ਿੰਮੇਵਾਰ ਕਿਹਨੂੰ ਸਮਝਦੇ? ਦੇਖੋ ਜ਼ਿੰਮੇਵਾਰ ਤਾਂ ਹੁਣ ਇਹਨੇ ਮੰਨੇ ਹੀ ਨਹੀਂ ਜ਼ਿੰਮੇਵਾਰੀ, ਪ੍ਰਧਾਨ ਸਾਹਿਬ ਨੇ ਤਾਂ ਜ਼ਿੰਮੇਵਾਰੀ ਆਪ ਹੀ ਮੰਨ ਲਈ, ਮੈਂ ਸਾਰੀਆਂ ਜਿੰਨੀਆਂ ਗਲਤੀਆਂ ਹੋਈਆਂ ਮੈਂ ਆਪਣੀ ਧੂਨ ਚ ਪਾਉਂ, ਹੁਣ ਇਸ ਤੋਂ ਬਾਅਦ ਤਾਂ ਕਹਿਣ ਦੀ ਲੋੜ, ਸਾਨੂੰ ਕਹਿਣ ਦੀ ਲੋੜ ਹੀ ਨਹੀਂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਉਹਨਾਂ ਨੇ ਆਪ ਹੀ ਮੰਨ ਲਈ। ਇਸੇ ਹੀ ਕਰਕੇ ਉਹ ਗੱਲਾਂ ਦੇ ਉਹ ਦੇਖ ਕੇ ਤੱਥ ਵਿਚਾਰ ਕੇ ਹੀ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹੀਆਂ ਕਰਾ ਲਈ ਤੇ ਅਸੀਂ ਆਪਣਾ ਸਪਸ਼ਟੀਕਰਨ ਜਿਹੜਾ ਸਾਡੇ ਕੋਲੋਂ ਸਿੰਘ ਸਾਹਿਬ ਨੇ ਮੰਗਿਆ ਸੀ ਉਹ ਅਸੀਂ ਅੱਜ ਪੇਸ਼ ਕਰ ਦਿੱਤਾ। ਸਾਰੇ ਅਹੁਦੇ ਛੱਡ ਕੇ ਨਿਮਾਣੇ ਸਖਰੀ ਤੌਰ ਤੇ ਆਏ ਆ ਵੀ ਜੋ ਵੀ